ਪੰਜਾਬ ਸਰਕਾਰ ਸੂਬੇ ਦੀਆਂ ਇਤਿਹਾਸਕ ਇਮਾਰਤਾਂ ਦੀ ਸਾਂਭ ਸੰਭਾਲ ਵਿੱਚ ਦਿਲਚਸਪੀ ਇੰਨਾ ਹੀ ਦਿਖਾ ਰਹੀ ਜਿਸ ਕਾਰਨ ਪੰਜਾਬ ਦੀਆਂ ਕਈ ਇਤਿਹਾਸਕ ਇਮਾਰਤਾਂ ਦੀ ਹਾਲਤ ਖਸਤਾ ਬਣਦੀ ਜਾ ਰਹੀ ਹੈ। ਇਤਿਹਾਸਕ ਸ਼ਹਿਰ ਕਪੂਰਥਲਾ ਦੀਆਂ ਇਤਿਹਾਸਕ ਇਮਾਰਤਾਂ ਦਾ ਵੀ ਇਹੋ ਹੀ ਹਾਲ ਹੈ। ਇਹ ਇਮਾਰਤਾਂ ਸਰਕਾਰੀ ਅਣਗਹਿਲੀ ਕਾਰਨ ਖੰਡਰ ਦਾ ਰੂਪ ਧਾਰਦੀਆਂ ਜਾ ਰਹੀਆਂ ਨੇ। ਪੰਜਾਬ ਦੇ ਰਿਆਸਤੀ ਜ਼ਿਲ੍ਹੇ ਕਪੂਰਥਲਾ ਸਥਿਤ ਵਿਰਾਸਤ ਖਤਰੇ ਵਿੱਚ ਹੈ। ਇੱਥੋਂ ਦੀਆਂ ਇਮਾਰਤਾਂ ਅਤੇ ਮੀਨਾਰਾਂ ਖਸਤਾ ਹਾਲਤ ਵਿੱਚ ਨੇ। ਕਚਹਿਰੀ ਕੰਪਲੈਕਸ ਨਾਂ ਤੋਂ ਜਾਣਿਆ ਜਾਂਦਾ ਇਹ ਮਹਿਲਨੁਮਾ ਮੀਨਾਰ ਜਰਜਰ ਹੋ ਚੁੱਕਾ ਹੈ। ਸਾਲ 1870 ਵਿੱਚ ਬਣਾਇਆ ਗਿਆ ਇਹ ਕਿਲ੍ਹਾ ਅੱਜ ਕੱਲ੍ਹ ਕਚਹਿਰੀ ਕੰਪਲੈਕਸ ਬਣ ਚੁੱਕਾ ਹੈ। ਕੋਈ ਸਮਾਂ ਸੀ ਜਦੋਂ ਕਿਲ੍ਹੇ ਦੇ ਦਰਬਾਰ ਹਾਲ ਵਿੱਚ ਮਹਾਰਾਜਾ ਕਪੂਰਥਲਾ ਆਪਣਾ ਦਰਬਾਰ ਲਗਾਇਆ ਕਰਦੇ ਸਨ। ਹੁਣ ਇਸ ਦੀ ਹਾਲਤ ਖਸਤਾ ਹੋ ਚੁੱਕੀ ਹੈ। ਇਸ ਦੀ ਛੱਤ ਡਿੱਗਣ ਵਾਲੀ ਹੈ। ਬਰਸਾਤਾਂ ਦੇ ਮੌਸਮ ਵਿੱਚ ਪਾਣੀ ਪੂਰੀ ਤਰ੍ਹਾਂ ਅੰਦਰ ਭਰ ਜਾਂਦਾ ਹੈ। ਕਿਲ੍ਹੇ ਦੀਆਂ ਕੰਧਾਂ 'ਚੋਂ ਇੱਟਾਂ ਖਿਸਕ ਰਹੀਆਂ ਨੇ। ਬਸ ਕਹਿ ਲਓ ਕਿ ਕਿਲ੍ਹਾ ਢਹਿਣ ਦੀ ਕਗਾਰ 'ਤੇ ਹੈ। ਪੁਰਾਣੀ ਸ਼ਾਨ ਹੈਗੀ ਆ ਇਸ ਜਿਹੜੀ ਬਿਲਡਿੰਗ ਦੀ ਮੁਰੰਮਤ ਜਿਹੜੀ ਬਹੁਤ ਖਸਤਾ ਹੈਗੀ ਆ ਅਤੇ ਇਹਦੀ ਮੁਰੰਮਤ ਨਹੀਂ ਹੋ ਰਹੀ। ਇਸ ਕਰਕੇ ਇਹਦੀ ਮੁਰੰਮਤ ਹੋਣੀ ਆ। ਜਦੋਂ ਬਾਰਿਸ਼ ਆਉਂਦੀ ਇਹਦੀਆਂ ਕਾਫੀ ਜਿਹੜੀਆਂ ਬਿਲਡਿੰਗਾਂ ਹੈਗੀਆਂ ਆ ਉਹ ਡਿੱਗ ਪੈਂਦੀਆਂ। ਇਸ ਕਰਕੇ ਇਹਦੀ ਮੁਰੰਮਤ ਹੋਣੀ ਜਿਹੜੀ ਬਹੁਤ ਜ਼ਰੂਰੀ ਹੈ। ਅਸੀਂ ਕਾਫੀ ਟਾਈਮ ਤੋਂ ਦੇਖਦੇ ਹਾਂ ਇੱਥੇ ਕੋਈ ਜ਼ਿਆਦਾ ਨੁਕਸਾਨ ਹੋ ਜਾਂਦਾ ਲੋਕਾਂ ਦਾ ਵੀ। ਜਿਹੜੀਆਂ ਬਿਲਡਿੰਗਾਂ ਉੱਤੋਂ ਛੱਤਾਂ ਗਿਰ ਜਾਂਦੀਆਂ। ਇਹ ਪੁਰਾਣੀ ਬਿਲਡਿੰਗ ਹੈਗੀ ਆ, ਇਹਦੀ ਜ਼ਰੂਰੀ ਹੈਗੀ ਆ ਮੁਰੰਮਤ ਕਰਨਾ। ਸਰਕਾਰ ਕਹਿ ਰਹੀ ਆ ਕਿ ਇਹਦਾ ਜਿਹੜਾ ਉਹ ਮਿਊਜ਼ੀਅਮ ਬਣਾਉਣਾ ਹੈਗਾ ਇੱਥੇ, ਅਤੇ ਇਹ ਪਹਿਲੇ ਜਿਹੜੇ ਬਣੇ ਹੋਏ ਉਹਨਾਂ ਦਾ ਨਹੀਂ ਕੁਛ ਹੱਲ ਹੋ ਰਿਹਾ, ਉਹਨਾਂ ਨੇ ਕੋਈ ਦੇਖ ਰਿਹਾ ਅਤੇ ਨਵਿਆਂ ਦਾ ਕੀ ਬਣਾਉਣਾ ਹੈਗਾ। ਕਰਮਚਾਰੀਆਂ ਦਾ ਧਿਆਨ ਕਰਦੇ ਹੋਏ ਪੰਜਾਬ ਸਰਕਾਰ ਨੇ ਕਰਤਾਰਪੁਰ ਰੋਡ 'ਤੇ ਕਚਹਿਰੀ ਕੰਪਲੈਕਸ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਕੰਪਲੈਕਸ ਦੀ ਇਮਾਰਤ ਵਿੱਚ ਅਜਾਇਬ ਘਰ ਬਣਾਉਣ ਦਾ ਫੈਸਲਾ ਕੀਤਾ ਹੈ। ਪਰ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਅਜਾਇਬ ਘਰ ਪਹਿਲਾਂ ਹੀ ਖਸਤਾ ਹਾਲਤ ਵਿੱਚ ਨੇ ਅਤੇ ਹੁਣ ਪ੍ਰਸ਼ਾਸਨ ਵੱਲੋਂ ਇਸ ਅਜਾਇਬ ਘਰ ਦੀ ਕਿੰਨੀ ਕੁ ਸਾਂਭ ਸੰਭਾਲ ਕੀਤੀ ਜਾਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ। ਹੈਰੀਟੇਜ ਬਿਲਡਿੰਗ ਹੈ ਇਹ, ਅਤੇ ਇਹ ਕਚਹਿਰੀ ਵਿੱਚ ਆਪਣੇ ਜਿਹੜਾ ਡਿਸਟ੍ਰਿਕਟ ਦਾ ਸਾਰਾ ਪ੍ਰਸ਼ਾਸਨ ਇੱਥੇ ਵਰਕ ਕਰ ਰਿਹਾ। DC ਆਫਿਸ ਇੱਥੇ ਆ, SDM ਆਫਿਸ ਇੱਥੇ ਆ, ADC ਇੱਥੇ ਬਹਿੰਦਾ, ਕਚਹਿਰੀਆਂ ਇੱਥੇ ਆ, ਸ਼ੇਹਨ ਜੱਜ ਦਾ ਆਫਿਸ ਇੱਥੇ ਆ। ਪਰ ਇਸ ਬਿਲਡਿੰਗ ਦੀ ਸਾਂਭ ਸੰਭਾਲ ਬਾਰੇ ਕੋਈ ਧਿਆਨ ਨਹੀਂ ਦੇ ਰਿਹਾ। ਸਥਾਨਕ ਵਾਸੀਆਂ ਦਾ ਵੀ ਇਹੀ ਮੰਨਣਾ ਹੈ ਕਿ ਕਿਲ੍ਹੇ ਦੀ ਦੇਖਭਾਲ ਅੱਜ ਹੀ ਨਹੀਂ ਹੋ ਰਹੀ, ਬਾਅਦ ਵਿੱਚ ਸਰਕਾਰ ਕਿੱਥੇ ਇਸ ਦੀ ਰੱਖ ਰਖਾਵ ਕਰੇਗੀ। ਇਸ ਤੋਂ ਇਲਾਵਾ ਜੇ ਕਿਲ੍ਹਾ ਹੀ ਖਤਮ ਕਰ ਦਿੱਤਾ ਜਾਏਗਾ ਤਾਂ ਕਪੂਰਥਲਾ ਦੀ ਸ਼ਾਨ ਖਤਮ ਹੋ ਜਾਏਗੀ ਅਤੇ ਆਉਣ ਵਾਲੀ ਪੀੜ੍ਹੀ ਆਪਣੀ ਵਿਰਾਸਤ ਤੋਂ ਵਾਂਝੀ ਰਹਿ ਜਾਏਗੀ। ਇਸ ਕਿਲ੍ਹੇ ਤੋਂ ਇਲਾਵਾ ਸੁਲਤਾਨਪੁਰ ਲੋਧੀ ਸਥਿਤ ਬੇਬੇ ਨਾਨਕੀ ਦਾ ਘਰ ਵੀ ਕੁਝ ਹੋਰ ਹੀ ਕਹਾਣੀ ਬਿਆਨ ਕਰਦਾ ਹੈ। ਅੱਜ ਤੋਂ 15 ਸਾਲ ਪਹਿਲਾਂ ਕੂੜੇ ਨਾਲ ਭਰੇ ਘਰ ਨੂੰ ਦੇਖਦਿਆਂ ਸਰਕਾਰ ਨੇ ਬੇਬੇ ਨਾਨਕੀ ਦੀ ਯਾਦ ਵਿੱਚ ਇੱਕ ਅਜਿਹੀ ਹੀ ਇਮਾਰਤ ਦੀ ਉਸਾਰੀ ਕੀਤੀ। ਪਰ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਸ ਘਰ ਵਿੱਚ ਬੇਬੇ ਨਾਨਕੀ ਦੇ ਅਸਲ ਘਰ ਵਾਲੀਆਂ ਅਵਸਥਾ ਕੁਝ ਖਾਸ ਨਹੀਂ ਬਚੀਆਂ। ਬੇਬੇ ਨਾਨਕੀ ਦੇ ਘਰ ਨੂੰ ਨਿਹੰਗਾਂ ਵੱਲੋਂ ਤੋੜ ਦਿੱਤਾ ਗਿਆ ਸੀ, ਪਰ ਉਹ ਖੂਹ ਅੱਜ ਵੀ ਮੌਜੂਦ ਹੈ ਜਿਸ 'ਚੋਂ ਬੇਬੇ ਨਾਨਕੀ ਪਾਣੀ ਭਰਿਆ ਕਰਦੇ ਸਨ। ਸਰਕਾਰ ਨੇ ਤਾਂ ਇਸ ਦੀ ਸਾਂਭ ਸੰਭਾਲ ਨਹੀਂ ਕੀਤੀ, ਪਰ ਸੰਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੇ ਇਸ ਦਾ ਦੁਬਾਰਾ ਨਿਰਮਾਣ ਕਰਵਾਇਆ। ਇਸ ਤੋਂ ਇਲਾਵਾ ਬੇਬੇ ਨਾਨਕੀ ਦੇ ਨਾਮ 'ਤੇ ਇੱਕ ਗੁਰਦੁਆਰਾ ਵੀ ਬਣਵਾਇਆ ਗਿਆ ਹੈ ਅਤੇ ਇੱਕ ਡਿਸਪੈਂਸਰੀ ਵੀ ਖੋਲ੍ਹੀ ਗਈ ਹੈ। ਇਹ ਬੇਬੇ ਨਾਨਕੀ ਦੀ ਖੂਹ ਹੈ ਜੀ, ਇਹ ਮੁੜ ਕੇ ਦੁਬਾਰਾ ਬਣੀ ਆ, ਇਹ ਮੁੜ ਕੇ ਦੁਬਾਰਾ ਬਣੀ ਆ, ਇਹ ਦਾਲੇ ਦਾਲੇ ਹੋਰ ਲੱਗ ਗਈ ਆ। ਅੱਛਾ ਜੀ। ਇਹ ਠੀਕ ਹੈ, ਉੱਥੇ ਤੱਕ ਬਣ ਗਿਆ, ਲੋਕਾਂ ਨੇ ਕਬਜ਼ੇ ਕਰ ਲਏ ਸੀ ਇੱਥੇ ਸਾਰਿਆਂ ਨੇ, ਅਤੇ ਉੱਦਾਂ ਦਾ ਹੀ ਬਣਾਤਾ ਜਿੱਦਾਂ ਦਾ ਅੱਗੇ ਸੀਗਾ। ਪੌੜੀਆਂ ਨਿੱਕੀਆਂ ਸੀ, ਪੌੜੀਆਂ ਵੱਡੀਆਂ ਕਰਤੀਆਂ, ਅਤੇ ਬਾਕੀ ਬਣਾਇਆ ਬੜੇ ਮੁਸ਼ਕਲ ਨਾਲ। ਸਰਕਾਰ ਵੱਲੋਂ ਵਿਰਾਸਤ ਨੂੰ ਸੰਭਾਲਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਸੂਬੇ ਦੀ ਵਿਰਾਸਤ ਦਾ ਕਿੰਨਾ ਕੁ ਰੱਖ ਰਖਾਵ ਕੀਤਾ ਜਾਂਦਾ ਹੈ ਇਹ ਤਾਂ ਤੁਹਾਡੇ ਸਾਹਮਣੇ ਹੀ ਹੈ। ਕਪੂਰਥਲਾ ਤੋਂ ਗੌਰਵ ਵਾਲੀਆ ਦੇ ਨਾਲ ਇੰਦਰਜੀਤ ਕੌਰ, DN Night ਨਿਊਜ਼। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।